ਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਨਾਂ ਜੇ? ਬਸ਼ੀਰ ਅਹਿਮਦ। ਤੇ ਬਾਬਾ ਦਾ ਕੀ ਨਾਂ ਸੀ? ਵਾਲਿਦ ਸਾਹਿਬ ਦਾ ਤੁਹਾਡੇ? ਵਲੀ ਮਮਾ। ਤੇ ਤੁਹਾਡੇ ਉਹਨਾਂ ਦੇ ਵਾਲਿਦ ਸਾਹਿਬ ਦਾ ਨਾਂ? ਅੱਲਾ ਜਵਾਇਆ। ਅੱਲਾ ਜਵਾਇਆ। ਬਾਬਾ ਜੀ ਆਪ ਤੁਸੀਂ ਹੁਣ ਕਿਹੜੇ ਪਿੰਡ ਰਹਿੰਦੇ ਹੈਗੇ? ਅਸੀਂ ਲੈਪੋ ਕੈਰੀ ਜੀ। ਲੈਪੋ ਕੈਰੀ? ਨੈਕੋ ਕੈਰੀ? ਲੈਪੋ 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 ਪਿੰਡ ਲੈਪੋ ਨਹੀਂ ਇੱਥੇ। ਇੱਧਰ ਕਿੱਥੇ ਰਹਿੰਦੇ ਹੋ ਤੁਸੀਂ? ਹੁਣ ਇੱਥੇ ਕਿਹੜੇ ਪਿੰਡ ਦੇ ਹੈਗੇ ਤੁਸੀਂ? ਹੁਣ ਇੱਥੇ ਚੌਰ ਚੋਂ ਆਏ ਹਾਂ। ਚੌਠ ਫੋਰਾ? ਫੋਰਾ। ਅੱਛਾ ਜੀ। ਅਤੇ ਉੱਥੇ ਸਾਡੇ ਕੋਲ ਮੁਰੱਬਾ ਡੇਲ ਮੁਰੱਬਾ ਪੈਰਿਸ ਪੈਰਿਸ ਨਹੀਂ। ਅੱਛਾ ਅਤੇ ਇੰਡੀਆ 'ਚੋਂ ਅਤੇ ਹਿੰਦੁਸਤਾਨ 'ਚੋਂ ਕਿਹੜਾ ਪਿੰਡ ਸੀ ਤੁਹਾਡਾ? ਲੈਪੋ। ਲੈਪੋ। ਅਤੇ ਤਹਿਸੀਲ ਅਤੇ ਜ਼ਿਲ੍ਹਾ ਕਿਹੜਾ ਸੀਗਾ? ਤਹਿਸੀਲ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਮੁਕਤਸਰ। ਮੁਕਤਸਰ ਸੀ। ਅੱਛਾ ਬਾਬਾ ਜੀ। ਬਾਬਾ ਜੀ ਆਪਾਂ ਕੌਣ ਉਹਨੇ? ਪਵਾਰ ਰਾਜਪੂਤ। ਰਾਜਪੂਤ ਹੈਗੇ। ਤੇ ਤੁਹਾਡੇ ਪਿੰਡ 'ਚ ਕੌਣ ਕੌਣ ਰਹਿੰਦੇ ਸੀ ਮੁਸਲਮਾਨਾਂ ਤੋਂ ਇਲਾਵਾ? ਹੋਰ ਕਿਹੜੀਆਂ ਕੌਮਾਂ ਰਹਿੰਦੀਆਂ ਸੀ? ਕੌਮਾਂ ਬਸ ਤਿੰਨ ਚਾਰ ਘਰ ਕਰਾੜਾਂ ਦੇ ਸਨ। ਕਰਾੜਾਂ ਦੇ? ਹਾਂ। ਅੱਛਾ। ਤਿੰਨ ਚਾਰ ਘਰ ਚੂੜਿਆਂ ਦੇ? ਅੱਛਾ ਜੀ। ਆ ਧਰਮੀ ਸੀ? ਅੱਛਾ। ਹਾਂ ਜੀ। ਅਤੇ ਕੋਈ ਮਸੱਲੀ ਮਸੱਲੀ ਸਨ, ਬਾਕੀ ਮੁਸਲਮਾਨ, ਬਾਕੀ ਸਾਰੇ ਮੁਸਲਮਾਨ ਸੀਗੇ। ਅੱਛਾ। ਅਤੇ ਬਾਬਾ ਜੀ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀਗਾ? ਸਾਡੇ ਨੰਬਰਦਾਰ ਸੀ ਗੁਲਾਮ ਵੱਟੂ। ਅੱਛਾ ਜੀ। ਵੱਟੂ। ਅੱਛਾ। ਅਤੇ ਬਾਬਾ ਜੀ ਉੱਥੇ ਮਸੀਤਾਂ ਕਿੰਨੀਆਂ ਸੀ ਤੁਹਾਡੇ ਪਿੰਡ 'ਚ? ਇੱਕੋ ਹੀ। ਇੱਕੋ ਹੀ ਮਸੀਤ ਸੀਗੀ? ਅਤੇ ਸਕੂਲ ਸੀਗਾ ਉੱਥੇ? ਹਾਂ, ਸਕੂਲ ਹੈਗਾ ਸੀ। ਅੱਛਾ। ਤੁਸੀਂ ਸਕੂਲ ਜਾਂਦੇ ਰਹੇ ਜੀ? ਹਾਂ ਜੀ, ਸਕੂਲ ਜਾਂਦੇ ਰਹੇ। ਆਪਣੇ ਮਾਸਟਰਾਂ ਦੇ ਨਾਂ ਤਾਂ ਦੱਸੋ ਕੋਈ। ਰਹਿਮਤੁੱਲਾ। ਅੱਛਾ ਜੀ। ਰਹਿਮਤੁੱਲਾ ਸੀਗੇ ਜੀ? ਰਹਿਮਤੁੱਲਾ ਸਿੰਘ 'ਚ ਬੈਠਾ, ਥਲਾਂ 'ਚ ਬੈਠਾ। ਅੱਛਾ, ਹੁਣ ਥਲ 'ਚ ਬੈਠਾ ਹੈਗਾ? ਉਹਦੇ ਪੁੱਤਰ ਪਾਸੇ ਬੈਠੇ ਨੇ, ਉਹ ਫੌਤ ਹੋ ਗਏ। ਉਹ ਫੌਤ ਹੋ ਗਏ ਲਈਏ 'ਚ, ਮੁਜ਼ੱਫਰਗੜ੍ਹ ਵਾਲੇ ਪਾਸੇ? ਹਾਂ ਜੀ, ਹਾਂ। ਅੱਛਾ। ਅਤੇ ਤੁਹਾਡੇ ਕੋਈ ਜਮਾਤੀ ਕਿਹੜੇ ਕਿਹੜੇ ਹੈਗੇ ਸੀਗੇ, ਉਹਨਾਂ ਦੇ ਕੋਈ ਨਾਂ ਦੱਸੋ। ਹਾਂ, ਸਾਡੇ ਜਮਾਤੀ, ਹਾਂ ਸਾਡੇ ਜਮਾਤੀ ਹੈਗੇ ਸਨ, ਇੱਕ ਦਿਨ ਸਰਦਾਰਾ ਸੀ, ਇੱਕ ਦਿਨ ਤਾਜ ਸੀ। ਅੱਛਾ ਜੀ। ਇੱਕ ਦਿਨ ਤਾਜ ਸੀ, ਇੱਕ ਦਿਨ ਮਮਦਲੀ। ਅੱਛਾ ਜੀ। ਇੱਕ ਦਿਨ ਸ਼ਰੀਫ, ਇੱਕ ਦਿਨ ਫਗੜ ਸ਼ੇਰ। ਅੱਛਾ ਜੀ। ਅਤੇ ਇੱਕ ਦਿਨ ਦੁਰਪਕਾਰ। ਅੱਛਾ ਜੀ। ਇੱਕ ਦਿਨ ਆਇਆ ਜੀ। ਅੱਛਾ ਜੀ। ਬਾਬਾ ਜੀ ਕਿਹੜੇ ਆਹ ਧਰਮੀ ਰਹਿੰਦੇ ਸੀ ਉੱਥੇ? ਹਾਂ, ਕਿਹੜੇ ਆਹ ਧਰਮੀ ਸੀਗੇ ਜਿਹਨਾਂ ਨੂੰ ਤੁਸੀਂ ਚਮਾਰ ਕਹਿੰਦੇ ਆ? ਉਹਨਾਂ ਦੇ ਵੀ ਪੜ੍ਹਦੇ ਸੀਗੇ ਬੱਚੇ, ਸਕੂਲ ਜਾਂਦੇ ਸੀ ਕਿ ਨਹੀਂ? ਉਹ ਨਹੀਂ ਸੀ ਕਰਦੇ। ਅੱਛਾ, ਉਹਨਾਂ ਦੇ ਨਹੀਂ ਸੀ ਜਾਂਦੇ ਹੈਗੇ। ਅਤੇ ਤੁਹਾਡੇ ਪਿੰਡ 'ਚ ਕੋਈ ਮੇਲੇ ਠੇਲੇ ਹੁੰਦੇ ਸੀਗੇ? ਮੇਲੇ ਠੇਲੇ ਹੁੰਦੇ ਸੀ ਸਾਲ ਪਿੱਛੋਂ। ਅੱਛਾ ਜੀ। ਕਿਰਾਏ ਕਿਰਾਏ ਲੋਕ ਦਾਣੇ ਨਾਲ ਦਲ ਕੇ ਦਲੀਏ ਦੇ ਕਿਰਾਏ ਪਕਾਉਂਦੇ ਸਨ। ਅੱਛਾ ਜੀ। ਇੱਕ ਭੂਰੇ ਸ਼ਾਹ ਹੈਗਾ ਸੀ ਸਾਡੇ ਕਮਰਾਂ 'ਚ। ਅੱਛਾ ਜੀ। ਉਹਦਾ ਮੇਲਾ ਲੱਗਦਾ। ਅੱਛਾ। ਅਤੇ ਉੱਥੇ ਕਬੱਡੀ ਜਾਂ ਘੋਲ ਸ਼ੋਲ ਹੁੰਦੇ ਤੇ ਘੋਲਦੇ ਕੁਸ਼ਤੀਆਂ? ਘੋਲ ਸ਼ੋਲ ਬੜੇ ਹੁੰਦੇ ਸਨ। ਅੱਛਾ ਜੀ। ਕਬੱਡੀ ਵੀ ਬੜੀ ਹੁੰਦੀ ਸੀ ਕਬੱਡੀ। ਕੋਈ ਪਤਾ, ਕੋਈ ਯਾਦ ਹੈਗਾ ਕੋਈ ਉੱਥੇ ਕਿਹੜਾ ਕੋਈ ਕਬੱਡੀ ਦਾ ਚੰਗਾ ਪਲੇਅਰ ਹੋਵੇ ਜਾਂ ਘੋਲ ਦਾ ਕੋਈ ਭਲਵਾਨ ਕਿਹੜਾ ਕੋਈ ਸੀ? ਸਾਡੇ ਯਾਦ ਇੱਕ ਤਾਂ ਸੀ ਜਾਨਾ। ਅੱਛਾ ਜੀ। ਜਾਨਾ ਇੱਕ ਦਿਨ ਜਾਨਾ ਸੀ, ਇੱਕ ਦਿਨ ਅਸੀਂ ਮਾਨਾ ਝੋਲ। ਅੱਛਾ ਜੀ। ਇੱਕ ਹੋਰ ਹੋਵੇ ਸਾਡੇ ਸਾਹਮਣੇ, ਉਹਦਾ ਕੋਈ ਨਾਂ ਸੀ, ਉਹ ਨਹੀਂ ਮੈਨੂੰ ਯਾਦ। ਉਹਦਾ ਨਾਂ ਨਹੀਂ ਤੁਹਾਨੂੰ ਆਉਂਦਾ ਜੀ? ਅੱਛਾ। ਤੁਹਾਡੇ ਪਿੰਡ ਦੇ ਨਾਲ ਕਿਹੜੇ ਕਿਹੜੇ ਪਿੰਡ ਸੀ, ਕੋਈ ਨਾਂ ਯਾਦ ਜੇ? ਹਾਂਜੀ ਹਾਂਜੀ, ਸਾਡੇ ਪਿੰਡ ਦੇ ਪਾਸੇ ਆਸੇ ਇੱਧਰ ਰਜੀਰਗੜ੍ਹ ਸੀ, ਰਜੀਰਗੜ੍ਹ। ਅੱਛਾ ਜੀ। ਇੱਧਰ ਸੀ ਗਹਿਰੀ। ਅੱਛਾ ਜੀ। ਇੱਧਰ ਸੀ ਸ਼੍ਰੀ ਵਾਲਾ। ਅੱਛਾ ਜੀ। ਅਤੇ ਇੱਧਰ ਸੀ ਬੜਾ ਬਰੇਡਾ ਪੈਂਦਾ ਸੀ ਸ਼ਾਇਦ ਉਹ ਪਿੰਡ। ਅੱਛਾ। ਉਹਦਾ ਨਾਮ ਮੈਨੂੰ ਪਤਾ ਨਹੀਂ। ਅੱਛਾ ਜੀ। ਇਹਦੇ ਚੰਡੂ ਵਾਲਾ ਸੀ, ਚੰਡੂ ਵਾਲਾ। ਅੱਛਾ ਜੀ। ਸਹੀ ਹੈ। ਅਤੇ ਬਾਬਾ ਜੀ ਕਦੋਂ ਪਾਕਿਸਤਾਨ ਨਹੀਂ ਸੀ ਬਣਿਆ, ਉਹ ਤੋਂ ਪਹਿਲੇ ਕਿੱਦਾਂ ਸੀ ਉੱਥੇ ਲੋਕ ਰਹਿੰਦੇ? ਗੈਰ ਮੁਸਲਿਮ ਕਿਹੜੇ ਸੀਗੇ, ਸਿੱਖ ਹਿੰਦੂ, ਉਹਦੇ ਨਾਲ ਤੂੰ ਕਿੱਦਾਂ ਵਰਤਾਅ ਸੀ ਤੁਹਾਡਾ? ਸਾਨੂੰ ਤਾਂ ਸਾਡੇ ਪਿੰਡ ਤਾਂ ਹੈਗੇ ਕੋਈ ਨਹੀਂ ਸਨ ਨਾ। ਅੱਛਾ ਜੀ। ਅਤੇ ਆਸੇ ਪਾਸੇ ਹੈਗੇ ਸਨ। ਅੱਛਾ ਜੀ। ਅਤੇ ਉਹ ਲੋਕ ਜਿਹੜੇ ਸਾਡੇ ਪਿੰਡ ਦੇ ਸਨ ਨਾ, ਉਹ ਲੋਕ ਜੱਟਾਂ ਕੋਲ ਜਾਂਦੇ ਜਾ ਕੇ ਉਹਨਾਂ ਕੋਲ ਦੁੱਧ ਦਾ ਪੀ ਆ ਜਾਂਦੇ ਸਨ। ਅੱਛਾ ਜੀ। ਅਤੇ ਉਹਨਾਂ ਨਾਲ ਬਹਿਣ ਉੱਠਣ ਵੀ ਹੈਗਾ। ਬਹਿਣ ਉੱਠਣ ਵੀ ਸੀਗਾ। ਅੱਛਾ। ਅਤੇ ਕੋਈ ਕਿਸੇ ਦਾ ਕੋਈ ਨਾਂ ਤੁਹਾਨੂੰ ਕੋਈ ਹੈ ਯਾਦ, ਕੋਈ ਸਿੱਖ ਦਾ? ਹਾਂਜੀ। ਨਹੀਂ ਸਿੱਖ ਦਾ ਨਹੀਂ, ਕੋਈ ਨਹੀਂ ਯਾਦ ਹੈਗਾ। ਅੱਛਾ ਅੱਛਾ, ਉੱਥੇ ਦੀ ਕੋਈ ਗੱਲਬਾਤ ਸੁਣਾਓ, ਕਿਹੜੀ ਬੰਦਾ ਨਹੀਂ ਭੁੱਲਦਾ? ਕੋਈ ਐਸੀਆਂ ਜ਼ਿੰਦਗੀ 'ਚ ਗੱਲਾਂ ਹੁੰਦੀਆਂ ਕਿਹੜੀਆਂ ਨਾ ਬੰਦਾ ਨਹੀਂ ਭੁੱਲਦਾ ਹੈਗਾ? ਹਾਂ, ਸਾਡੇ ਘਰ ਗੱਲ ਅੱਛੀ ਮਾਰ ਪਈ ਸੀ।
अच्छा जी 80 मन कणक पई सी साडे दा। अच्छा जी ओ सी माछी करार बड़ी चौपा ते माछी। अच्छा जी ओना जा के आखे या मोल ले लो। ओने आख्या असी 3.5 रुपए ला। अच्छा जी 3.5 रुपए। अच्छा अच्छा 3.5 ले ले तो तोल ले। अच्छा वो पिछले बार मैं तोल लांगा। वो पिछले बार ना आया। अच्छा जी और सवेरे उठते हैं सब लेना देना होगी। चलो 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 चल पार चुके थोड़ा बहुत। अच्छा वो कणक केड़ी थी उत्थे दी उत्थे रह गई। वो कणक उत्थे दी उत्थे रह गई। अच्छा ते फिर तुसी तुहाडा केड़ा पिंड सीगा तुसी तुहाडी बरादरी वो किधरले पासे नूं गए फिर तू किदा पाकिस्तान किदा आए? असीं तां उत्थे चले ते आ गए सोढी आकी सैदोक चक। अच्छा जी सैदोक चक अरनी आला। अरनी चक ते आ गए अगे ढाबा ते ढाबा तो अगे आ गए बामणी। अच्छा जी बामणी तो अगे आ गए लादू के। लादू के अगे आ गए परोले आला पत्थर। अच्छा जी दरिया ते उत्थे आ गए चार मई साढ़े को सन वो चारे असी देती अम्बलावां। अच्छा जी ते उन्होंने सानू पार उगार कर दिते ਮੱਝਾਂ ਤੁਸੀਂ ਚਾਰ ਮੱਝਾਂ ਉਹਨਾਂ ਨੂੰ ਦਿੱਤੀਆਂ ਤੇ ਫਿਰ ਉਹਨਾਂ ਨੇ ਤੁਹਾਨੂੰ ਦਰਿਆ ਕਿਹੜਾ ਨਾ ਪਾਰ ਕਰਵਾਇਆ ਪਾਰ ਕੀਤਾ ਤੇ ਰਸਤੇ 'ਚ ਤੁਹਾਨੂੰ ਕੋਈ ਹਾਦਸਾ ਤਾਂ ਨਹੀਂ ਪੇਸ਼ ਆਇਆ ਕਿਸੇ ਨੇ ਤੁਹਾਨੂੰ? ਕੋਈ ਹਾਦਸਾ ਨਹੀਂ ਪੇਸ਼। ਅੱਛਾ ਜੀ ਉੱਥੇ ਲਾਗੂ ਕੇ ਗਏ ਨੇ ਜਿਹੜੇ? ਅੱਛਾ ਜੀ ਉੱਥੇ ਰਾਤ ਨੂੰ ਇੱਕ ਫੌਜੀ ਨੇ ਆ ਕੇ ਰਿਮਾਂਡਰ ਦੇ ਕਾਰ ਠਾਲ ਕੇ ਬੈਟਰੀ ਮਾਰੀ। ਮਾਰੀਆਂ ਤੇ ਲੋਕਾਂ ਕੋ ਮਿੰਟਰੀ ਪੈ ਗਈ ਸ਼ਾਬਾ ਵੀ ਗੱਡੇ ਮੂਹਰੇ ਕੀਤੇ ਤੇ ਭੱਜ ਕੇ ਭਜਾ ਕੇ ਤੇ ਲੈ ਗਏ ਪੱਥਰ। ਅੱਛਾ ਜੀ ਮੀਲ ਕੋ ਪੰਜ ਹੈਗਾ ਸੀ ਦਰਿਆ। ਅੱਛਾ ਜੀ ਤੇ ਉੱਥੇ ਅਸੀਂ ਪੱਥਰ ਦੇ ਗਏ ਚਲੇ। ਫਿਰ ਹੱਟ ਕੇ ਆਏ ਸਾਡੇ ਮੈਥੋਂ ਵੱਡਾ ਸੀ ਇੱਕ ਉਹ ਤੇ ਇੱਕ ਮੇਰਾ ਬਾਪਾ ਬਾਬਾ ਜੀ। ਹਾਂਜੀ ਉਹ ਦੋਵੇਂ ਆਏ ਹੱਟ ਕੇ ਆ ਕੇ ਵੇਖਿਆ ਉਹਨਾਂ ਦੇ ਉਹ ਜੜੇ ਲੱਗੇ ਪਏ ਸਮਾਨ ਦੇ। ਅੱਛਾ ਜੀ ਲੋਕ ਛੱਡ ਕੇ ਗਿਆ ਸੀ ਤੇ ਅਸੀਂ ਅਸੀਂ ਫਿਰ ਨਾ ਉੱਥੇ ਪੱਥਰ 'ਚ ਬੈਠੇ ਰਹੇ 6-7 ਦਿਨ। ਆਖੀ ਬੰਦੇ ਲੋਕ ਲੱਗੇ ਆਉਣ ਤੇ ਆ ਕੇ ਤੇ ਕੋਈ ਬੁੜੀ ਆ ਕੇ ਫੰਨਾਂ 'ਚ ਵਾਲੀਆਂ ਲਾ ਕੇ ਦੇ ਦੇਣ, ਕੋਈ ਕੰਗਣ ਦੇ ਦੇਣ, ਕੋਈ ਕੜੇ ਦੇ ਦੇਣ, ਕੋਈ ਨੱਥ ਦੇ ਦੇਵੇ, ਕੋਈ ਪੀਲਾ ਦੇ ਦੇਵੇ ਸੋਨੇ ਦਾ। ਕੋਈ ਸ਼ਾਮ ਨੂੰ ਸਾਨੂੰ ਉਹਨਾਂ ਨੇ ਅਸੀਂ ਉੱਥੇ ਰਹੇ ਹਾਂ ਉਹਨਾਂ ਦੀ ਜਿਹੜੀ ਜੋਗੀ ਹੈ ਜੋਗੀ ਜੀ ਐਡੀ ਢੇਰੀ ਲਾਉਣ ਸੋਨੇ ਤੂੰ ਬਾਜੀ ਉਹ ਮਿਲਾ ਉਹ ਮਲਾਵਾਂ ਨੂੰ ਦੇ ਦੇਣੀ ਪਾਠ ਰੱਬਦੇ ਨੇ ਬੋਲੇ 80 ਰੁਪਈਆ ਇੱਕ ਬੰਦੇ ਦਾ ਉਦੋਂ ਇੱਕ ਬੰਦਾ ਲੈਣ ਤੇ ਜਾਂ ਬਾਹਰ ਕਰਦਾ ਸੀ। ਅਸੀਂ 4 ਮਹੀਨੇ ਦਿੱਤੀਆਂ ਅੱਜ ਉਹ 3-4 ਲੱਖ 5-6 ਲੱਖ ਦੀਆਂ ਸੀ। ਸਹੀ। ਅੱਛਾ ਫਿਰ ਤੁਸੀਂ ਇੱਧਰ ਉਰਲੇ ਪਾਸੇ ਆ ਗਏ ਪਾਕਿਸਤਾਨ 'ਚ ਆ ਗਏ? ਪਾਕਿਸਤਾਨ 'ਚ ਆ ਗਏ। ਠੀਕ ਹੋ ਗਿਆ ਜੀ ਉੱਥੋਂ ਪਾਕਿਸਤਾਨ 'ਚ ਆਏ ਅਸੀਂ ਪਹਿਲੋਂ ਢੋਲਣ ਕੀ। ਅੱਛਾ ਢੋਲਣ ਕਿਆ ਤੋਂ ਫਿਰ ਕੇ ਆ ਗਏ 18 ਡੰਡਾ। ਅਟਾਰੀ ਡੰਡੇ ਫਿਰ ਆ ਕੇ ਅੱਗੇ ਮੰਡੀ ਹੀਰਾ ਸਿੰਘ ਹਾਂਜੀ ਉੱਥੇ ਆ ਕੇ ਸਿਰ ਮਹੀਨਾ ਕੁ 2 ਮਹੀਨੇ। ਅੱਛਾ ਮੰਡੀ ਹੀਰਾ ਸਿੰਘ ਕਿਹੜਾ ਹੁਣ ਦੀਪਾਲਪੁਰ 'ਚ? ਹਾਂ ਦੀਪਾਲਪੁਰ। ਅੱਛਾ ਜੀ ਅੱਛਾ ਜੀ ਉਹ ਅਸੀਂ ਉੱਥੇ ਰਹੇ ਹਾਂ ਮਹੀਨਾ ਕੁ ਉੱਥੇ ਵੀ ਉੱਧਰਿਆ ਸ਼ਹਿਰ ਸੀ ਅਸੀਂ ਦੁਕਾਨ ਦੁਕਾਨ ਉੱਥੇ ਇੱਕ ਮਾੜੀ ਮੋਟੀ ਬਣਾ ਲਈ ਅਤੇ ਕੰਮ ਕਾਰ ਕਰ ਲਿਆ ਸਟੇਸ਼ਨ ਸਾਡੇ ਦੂਰ ਸੀ ਕੋਈ ਬਾਵਾ ਫਿਰ ਉਹ ਸਾਡੇ ਜਿਹੜੇ ਪਿਛਲੇ ਜਿਹੜੇ ਸਾਡੇ ਦੂਸਰੇ ਜਿਹੜੇ ਹੰਬੇਲੀ ਉਹ ਉਹਦੇ ਰੱਖੇ ਗੰਡਾ ਸਿੰਘ ਦਾ ਹੈਡ ਅਤੇ ਸਿੱਧੇ ਚੌੜ 'ਚ ਆ ਗਏ। ਅੱਛਾ ਜੀ ਅਸੀਂ ਇੱਧਰੋਂ ਆਏ ਇਹ ਸਾਡੇ ਨਾਨਕੇ ਸਨ। ਅੱਛਾ ਜੀ ਉਹ ਅਸੀਂ ਇਹਦੇ ਨਾਨਕਿਆਂ ਬਣੇ ਆ ਗਏ ਅਤੇ ਨਾਨਕਿਆਂ ਨੇ ਸਾਨੂੰ ਪਾਰ ਕਰ ਦਿੱਤਾ। ਉੱਥੋਂ ਫਿਰ ਅਸੀਂ ਅਸੀਂ ਤਾਂ ਫਿਰ ਇੱਥੇ ਉੱਥੇ ਸੋਢੀ ਵਾਲੇ ਸਾਹਿਬ ਤੋਂ ਇੱਥੇ ਚੌੜ 'ਚ ਆ ਗਏ ਉਹਨਾਂ ਨੇ ਉੱਥੋਂ ਬੰਦੇ ਲੰਘੇ ਅਤੇ ਮੈਨੂੰ ਟੱਕਰੇ ਮੈਂ ਤੇਰਾ ਪਿਓ ਕਿਤੇ ਮੈਂ ਉੱਥੇ ਕਰੇ ਅਤੇ ਉਹਨੂੰ ਆਖੀ ਵੀ ਅਸੀਂ ਚੌੜ 'ਚ ਅਸੀਂ ਗਏ ਚੱਲੇ ਹਾਂ ਜਿੱਥੇ ਜ਼ਮੀਨ ਟੱਕਰਦੀ ਪਈ ਹੈ ਅਤੇ ਆ ਜਾਓ। ਅੱਛਾ ਜੀ ਉਹਨੂੰ ਵੀ ਆ ਗਏ ਚਲ ਅਸੀਂ ਦੂਜੇ ਤੀਜੇ ਦਿਨ ਸੀ ਬਾਹਰ ਚੱਕਿਆ ਸੀ ਚੌੜ 'ਚ ਉੱਥੇ ਅਸੀਂ 8-9 ਪਾਸਾ ਸਾਡੇ ਇੱਕ ਦਾਦੇ ਦੀ ਔਲਾਦ। ਅੱਛਾ ਜੀ 180 ਕਿੱਲਾ ਸਾਡੇ ਕੋਲ ਪੈ ਗਈ। ਸਹੀ ਜੀ ਉਹ 180 ਕਿੱਲਾ ਜਿਹੜਾ ਸੀ ਉਹ ਚੰਨਾ ਭਰਾਵਾਂ ਨੇ ਵੰਡੀ ਹੋਈ ਸੀ 60 ਕਿੱਲਾ। ਸਹੀ ਹੈ ਉਹ ਫਿਰ ਸਾਨੂੰ ਇੱਥੇ ਟੱਕਰੀ ਇੱਕ ਮਰਬਾ ਅਤੇ 14 ਕਿੱਲਾ 14 ਕਿੱਲੇ ਇੱਕ ਮਰਬਾ 14 ਕਿੱਲੇ ਠੀਕ ਸਹੀ ਹੈ। ਅਤੇ ਤੁਸੀਂ ਫਿਰ ਕਿੰਨੇ ਕੁ ਸਾਲਾਂ ਬਾਅਦ ਤੁਹਾਨੂੰ ਇੱਥੇ ਜ਼ਮੀਨ ਕਿਹੜੀ ਕਲੇਮ ਮਿਲ ਗਿਆ ਸੀਗਾ?
ਜਲਦੀ ਮਿਲ ਗਈ ਸੀ? ਹਾਂ ਜੀ ਸਾਹਿਬ, ਜੀ ਕਿਲਾ ਲੱਭ ਗਈ। ਜੀ ਕਿਲਾ ਲੱਭ ਗਈ ਤੇ ਫਿਰ ਅਲਾਟ ਬਾਅਦ ਚ ਹੋਈ? ਅਲਾਟ ਬਾਅਦ ਚ ਹੋਈ। ਅੱਛਾ ਬਾਬਾ ਜੀ, ਜੇ ਹੁਣ ਅਸੀਂ ਤੁਹਾਨੂੰ ਕਹੀਏ ਕਿ ਤੁਹਾਡਾ ਪਿੰਡ ਕਿਹੜਾ ਵਾ, ਤੁਹਾਨੂੰ ਅਸੀਂ ਉੱਥੇ ਛੱਡੀਏ ਤੇ ਤੁਸੀਂ ਆਪਣੇ ਘਰ ਚਲੇ ਜਾਓਗੇ? ਹਾਂ ਪੂਰਾ ਯਾਦ ਹੈਗਾ? ਬਿਲਕੁਲ ਯਾਦ। ਅੱਛਾ ਜੀ ਠੀਕ। ਤੇ ਹੁਣ ਯਾਦ ਆਉਂਦਾ ਤੁਹਾਨੂੰ ਪਿੰਡ ਕਿਹੜਾ, ਉੱਥੇ ਤੁਸੀਂ ਰਹਿੰਦੇ ਸੀਗੇ? ਹਾਂ ਜੀ ਹਾਂ ਜੀ, ਸਾਡਾ ਨਾ ਅਸੀਂ ਨਹੀਂ ਦੇ ਸਕਦੇ ਬਾਜ਼ਾਰ ਸੀ। ਹਾਂ ਹਾਂ, ਇੱਧਰ ਛੱਪੜ ਸੀ। ਅੱਛਾ ਜੀ। ਤੇ ਇੱਧਰ ਪਿੰਡ ਸੀ। ਅੱਛਾ ਜੀ। ਤੇ ਇੱਥੇ ਖੂਹ ਸੀ ਲੱਗਿਆ। ਅੱਛਾ ਜੀ। ਹਾਂ ਖੂਹ ਸਹੀ ਕਰਦੇ। ਹਾਂ ਹਾਂ, ਸਾਰੇ ਪਿੰਡ ਦਾ ਸਾਂਝਾ। ਅੱਛਾ ਜੀ। ਉਹ ਸੰਡਾ ਜੋੜਦਾ ਸੀ ਮਾਛੀ। ਅੱਛਾ ਜੀ। ਉਹ ਲਿਆਉਂਦਾ ਸੀ, ਪਾਈ ਜਾਣਾ ਪਾਣੀ ਦੇ, ਲੋਕ ਭਰ ਭਰ ਲੈ ਜਾਂਦੇ। ਉਸ ਖੂਹ ਤੋਂ ਪਾਣੀ ਲੈ ਕੇ ਜਾਂਦੇ ਹੁੰਦੇ ਸੀਗੇ? ਠੀਕ ਹੋ ਗਿਆ। ਸਾਡੇ ਬੂਹੇ ਨੂੰ ਸਾਹਮਣੇ। ਹਾਂ ਹਾਂ, ਸਾਡਾ 10-12 ਘਰਾਂ ਦਾ ਇੱਕੋ ਹੀ ਬਾਜ਼ਾਰ ਸੀ, ਹੋਰ ਕੋਈ ਇੱਥੇ ਉੱਥੇ ਨਹੀਂ ਸੀ। ਅੱਛਾ, ਸਹੀ ਹੈ। ਉਹ ਇੱਧਰ ਛੱਪੜ ਸੀ, ਬੜਾ ਲੰਮਾ ਚੌੜਾ। ਉਹ ਨਾਰੇ ਜੋ ਲੰਘਦੀ ਇੱਕ ਮੈਂਬਰ ਦਾ, ਉਹ ਕੰਧਿਆਂ ਦਾ ਟੁੱਟ ਜਾਂਦਾ ਸਾਰਾ ਛੱਪੜ ਦੇ ਪਾਣੀ। ਅੱਛਾ, ਤੁਹਾਡੀ ਜ਼ਮੀਨ ਉੱਧਰ ਕਿਹੜੀ ਸੀ, ਨਹਿਰੀ ਸੀਗੀ? ਨਹੀਂ ਜੀ, ਨਹਿਰੀ ਨਹੀਂ ਸੀ। ਅੱਛਾ, ਬਰਾਨੀ ਸੀ। ਬਰਾਨੀ ਤੋਂ ਕਿਹੜਾ ਖਾਲਾ ਤੁਸੀਂ ਕਹਿੰਦੇ ਹੈਗੇ, ਉਹ ਕੀ ਸੀ ਫਿਰ ਉੱਥੇ? ਉਹ ਇੱਧਰ ਸਾਰੀ ਪੈਣੀ ਸੀ, ਇੱਧਰ ਰਹਿੰਦੇ ਪਾਸੇ। ਅੱਛਾ ਜੀ। ਅਤੇ ਉਹ ਇੱਧਰ ਚੜ੍ਹਦੇ ਪਾਸੇ ਆ ਜੀ ਮੈਂਡਰ ਲੰਘਦਾ। ਉਹ ਮੈਂਡਰ ਕਿੱਧਰ ਨੂੰ ਜਾਂਦਾ ਸੀਗਾ ਜੀ? ਉਹ ਮੈਂਡਰ ਇੱਧਰ ਕਿਹੜਾ ਖਾਈ ਮਾਣੋ। ਅੱਛਾ ਜੀ। ਅੱਗੇ ਤੇ ਤੁਹਾਡੀ ਜ਼ਮੀਨ ਕਿਹੜੀ ਸੀ, ਉਹ ਚਾਈ ਸੀ ਖੂਹਾਂ ਤੇ ਪਾਣੀ ਨਾਲ ਸੀ? ਸਾਡੇ ਖੂਹ ਵੀ ਸਾਡਾ ਲੱਗਿਆ ਹੋਇਆ। ਅੱਛਾ ਜੀ। ਸਾਡੇ ਪੰਜਾਂ ਛੱਤਾਂ ਦਾ ਰਾਜ ਹੈ ਨਾ। ਹਾਂਜੀ। ਖੂਹ ਲਾਇਆ ਸੀ, ਉਹਦੇ ਤੇ ਸਾਡੀ ਪੈਲੀ ਹੈਗੀ ਸੀ ਕੋਈ 3-3 ਕਿੱਲੇ ਸਾਰਿਆਂ ਘਰ। ਅੱਛਾ ਜੀ। ਤੇ ਉਹ ਖੂਹ ਸਾਂਝਾ ਲਾਇਆ। ਸਾਂਝਾ ਲਾਇਆ, ਉੱਥੇ ਸਬਜ਼ੀ ਸੁਬਜ਼ੀ ਤੇ ਪੱਠੇ ਪੁੱਠੇ ਬਣਦੇ ਸੀ। ਤੇ ਬਾਬਾ ਜੀ, ਫਸਲਾਂ ਕਿਹੜੀਆਂ ਹੁੰਦੀਆਂ ਸੀ ਉੱਥੇ? ਉੱਥੇ ਫਸਲਾਂ ਹੁੰਦੀਆਂ ਸੀ ਇਹ ਵੀ ਕਣਕ, ਕੱਚੇ ਗਾੜਿਆਂ ਨੂੰ ਛੋਲੇ, ਕਣਕ ਜੋ। ਅੱਛਾ। ਜੌ। ਅੱਛਾ ਜੀ। ਹੈਂ। ਇਹ ਛੋਲੇ ਬੜੇ ਹੁੰਦੇ। ਅੱਛਾ ਜੀ। ਗੋਟੀ ਕਿਸੇ ਬਣਾ ਫੜ ਲੈਣੀ, ਕਿਸੇ ਨੀਰੀ ਕਣਕ ਗਾੜ ਲੈਣੀ। ਹਾੜੀ ਲੈ ਕੇ ਵੱਢ ਲੈਣੀ। ਵੱਢ ਲੈਣੀ ਹੈਗੀ। ਅੱਛਾ, ਤਾਂ ਬਾਬਾ ਜੀ ਫਿਰ ਕੀ ਆਪਣਾ ਕਰਦੇ ਸੀਗੇ, ਇਸ ਤਰ੍ਹਾਂ ਕੋਈ ਗੁੜ, ਚੀਨੀ ਲੈਣੀ, ਬਾਕੀ ਚੀਜ਼ਾਂ, ਦਾਲਾਂ, ਉਹ ਫਿਰ ਤੁਸੀਂ ਮੰਡੀ ਤੋਂ ਜਾ ਕੇ ਖਰੀਦਦੇ ਸੀਗੇ? ਆਹ ਉੱਥੇ ਦਿਓ ਨਹੀਂ ਮੰਡੀ? ਹਾਂ, ਮੰਡੀ ਗੁਰੂ ਸਾਹਿਬ ਸਾਹਿਬ ਲੱਗਦੀ। ਕਿਹੜੀ ਜੀ? ਗੁਰੂ ਸਾਹਿਬ। ਗੁਰੂ ਸਾਹਿਬ, ਗੁਰੂ ਹਰ ਸਾਹਿਬ। ਅੱਛਾ ਜੀ। ਹਾਂ, ਉਹ ਮੰਡੀ ਸੀਗੀ? ਹਾਂ, ਉਹ ਮੰਡੀ ਸਟੇਸ਼ਨ ਸੀ ਨਾਲ ਮੰਡੀ। ਅੱਛਾ ਜੀ। ਤੇ ਉੱਥੇ ਜਾ ਕੇ ਤੁਸੀਂ ਆਪਣੀਆਂ ਫਸਲਾਂ, ਜਿਨਸਾਂ ਕਿਹੜੀਆਂ ਵੇਚਦੇ ਸੀ ਤੇ ਉੱਥੋਂ ਲੈਂਦੇ ਸੀਗੇ? ਉੱਥੇ ਮੰਡੀ ਜਿਨਸਾਂ ਵੀ ਵੇਚਦੇ ਸੀ, ਉੱਥੋਂ ਸੌਦਾ ਲੈਣਾ। ਉੱਥੋਂ ਸੌਦਾ ਲੈਣਾ, ਠੀਕ। ਸਾਡੇ ਰਾਹੀਂ ਹੈਗਾ ਸੀ, ਉਹ ਸਾਡੇ ਖੂਹ 'ਤੇ ਸਬਜ਼ੀ ਬੀਜੀ ਰੱਖਦਾ ਹੁੰਦਾ ਸੀ। ਕੀ ਨਾਂ ਸੀ ਉਹਦਾ ਜੀ? ਰਾਈ ਦਾ ਨਾਂ। ਹਾਂਜੀ, ਰਾਈ ਦਾ ਨਾਂ ਸੀ ਸਿਕੰਦਰ। ਅੱਛਾ ਜੀ। ਹਾਂ ਠੀਕ। ਉੱਥੇ ਤੁਹਾਡੇ ਪਿੰਡ ਦਾ ਸੀਗਾ ਉਹ? ਆਹੋ, ਉੱਥੇ ਪਿੰਡ ਦਾ ਸੀ। ਪਿੰਡ ਦਾ ਸੀ, ਅੱਛਾ। ਅਤੇ ਉਹ ਹੁਣ ਪਤਾ ਕੋਈ ਕਿੱਥੇ ਰਹਿੰਦੇ ਹੈਗੇ ਆ? ਕੌਣ? ਉਹ ਕਿਹੜਾ ਸੀ, ਰਾਈ ਕਿਹੜਾ? ਨਹੀਂ, ਉਹ ਫੌਤ ਹੋ ਗਿਆ ਸੀ ਉੱਧਰ। ਉੱਧਰ ਹੀ ਫੌਤ ਹੋ ਗਿਆ ਸੀ। ਅੱਛਾ ਅੱਛਾ। ਬਾਬਾ ਜੀ, ਤੁਸੀਂ ਕਿਹੜੇ ਰਾਜਪੂਤ ਆ, ਉਹ ਤਾਂ ਇੱਥੇ ਆ ਗਏ ਤੁਸੀਂ ਚੌੜ 'ਚ, ਅਤੇ ਬਾਕੀ ਲੋਕ ਉੱਥੇ ਕਿਹੜੇ ਰਹਿੰਦੇ ਸੀਗੇ? ਕੋਈ ਕਦੀ ਰਾਬਤਾ ਹੋਇਆ ਕਦੀ ਕਿਸੇ ਹੋਰਾਂ ਨਾਲ? ਉੱਥੇ ਵੱਟੂ। ਤੂਰ। ਅੱਛਾ ਜੀ। ਕੁਕਰੀਏ। ਪਠਾਨ। ਅੱਛਾ। ਖੋਖ। ਇਹ ਜਾਤਾਂ। ਤੇ ਕੁਕਰੀਏ ਤਾਂ ਤੁਹਾਡੇ ਇੱਥੇ ਨੂਰਸ਼ਾਹ ਰਹਿੰਦੇ ਹੈਗੇ ਆ, ਤੁਹਾਡੇ ਚੌੜ 'ਚ ਰਹਿੰਦੇ ਹੈਗੇ ਆ? ਅੱਛਾ ਜੀ। ਅਤੇ ਉਹ ਕਿਹੜੇ ਆ, ਉਹਨਾਂ ਦੇ ਨਾਲ ਹੁਣ ਕੋਈ ਕਦੀ ਰਾਬਤਾ ਨਹੀਂ ਹੋਇਆ? ਉਹ ਕਿਹੜੇ ਲੋਕ ਸੀ ਉੱਥੇ ਉਹਨਾਂ ਦਾ? ਹਾਂ, ਤੁਹਾਡਾ ਉਹਨਾਂ ਨਾਲ ਪਾਕਿਸਤਾਨ ਬਣਨ ਤੋਂ ਬਾਅਦ? ਸਾਡਾ ਰਾਬਤਾ ਇੱਥੇ ਇਕੱਠੇ ਹੀ ਰਹਿੰਦੇ ਸੀ। ਅੱਛਾ, ਸਾਰੇ ਵੱਟੂ ਵੀ ਇੱਥੇ ਰਹਿੰਦੇ ਆ, ਕੁਕਰੀਏ ਵੀ? ਸਾਰਾ ਪਿੰਡ ਬਣਿਆ ਤੇ ਇੱਥੇ ਆ ਗਿਆ। ਤੁਹਾਡਾ ਪਿੰਡ ਕਿਹੜਾ ਸੀ? ਪੂਰੇ ਦਾ ਪੂਰਾ ਇੱਥੇ ਚੌਠ ਆ ਗਿਆ ਜੀ, ਠੀਕ ਹੋ ਗਿਆ। ਗਾਲੀਆ ਸੀ, ਕੁਕਰੀਆ ਸੀ, ਉਹਨੇ ਕਤਲ ਕੀਤਾ ਸੀ, ਇੱਥੇ ਆ ਗਿਆ ਸਾਹਿਬਾ। ਅੱਛਾ ਜੀ। ਹਾਂਜੀ, ਜੇਲ੍ਹ 'ਚ। ਅਤੇ ਉਹਨੂੰ ਇੱਕ ਸੇਵਾ ਸਿੰਘ ਸੀ ਉੱਥੋਂ ਦਾ, ਬੜਾ ਜੈਲਦਾਰ। ਅੱਛਾ। ਉਹਨੇ ਛਡਾ ਕੇ ਲੈ ਆਉਂਦਾ ਉਹਨੂੰ ਇੱਥੇ ਚੌਠ 'ਚ। ਅੱਛਾ। ਉਹਦੇ ਕੋਲ 2-4 ਮਹੀਨੇ ਕੰਮ ਕਰਾਉਂਦਾ ਰਿਹਾ। ਹੈਂ। ਅਤੇ ਫਿਰ ਉਹਨੇ ਛੱਡ ਕੇ ਉਹ ਲੈ ਗਿਆ ਸੀ। ਅੱਛਾ। ਛੁੱਟ ਗਿਆ ਅਤੇ ਗਿਆ ਚਲਾ ਕਰ। ਅੱਛਾ। ਅਤੇ ਉਹ ਫਿਰ ਕੁਕਰੀਏ ਇੱਥੇ ਆ ਗਏ ਸਾਰੇ? ਕੁਕਰੀ ਨੂੰ ਪਤਾ ਸੀ ਵੀ ਆਹ ਫਲਾਣਾ ਪਿੰਡ ਹੈ। ਉਹ ਐਸੀ ਫਿਰ ਉਹ ਕੁਕਰੀਆ ਲੈ ਆਇਆ ਇੱਥੇ ਸਾਰੇ ਨੂੰ। ਤੁਹਾਨੂੰ ਇੱਥੇ ਲੈ ਆਇਆ? ਅੱਛਾ, ਠੀਕ ਹੋ ਗਿਆ ਬਾਬਾ ਜੀ। ਚਲੋ, ਬਹੁਤ ਮਿਹਰਬਾਨੀ ਬਾਬਾ ਜੀ। ਅੱਛਾ, ਬਹੁਤ ਮਿਹਰਬਾਨੀ।